ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਨੂੰ ਪਤਾ ਹੀ ਕਿ ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਹੈ, ਉਸਨੇ ਇੱਕ ਫਾਸਟ ਟੈਗ ਲਾਜ਼ਮੀ ਕੀਤਾ ਹੈ। ਅਤੇ ਹੁਣ ਮੈਂ ਤੁਹਾਨੂੰ ਆਪਣਾ ਤਜ਼ਰਬਾ ਦੱਸੂੰਗਾ ਬਈ ਮੈਂ ਜਦੋਂ ਔਨਲਾਈਨ ਅਪਲਾਈ ਕੀਤਾ ਅਤੇ ਕਿਸ ਤਰ੍ਹਾਂ ਰਿਹਾ, ਅਤੇ ਤੁਸੀਂ ਫਿਰ ਆਪ ਵਿਚਾਰ ਕਰ ਲਿਓ ਕਿ ਫਾਸਟ ਟੈਗ ਲੈਣ ਵਿੱਚ ਫਾਇਦਾ ਹੈ ਜਾਂ ਨਹੀਂ, ਅਤੇ ਕਿਸ ਤਰ੍ਹਾਂ ਕਰਨਾ ਚਾਹੀਦਾ, ਉਹ ਤੁਸੀਂ ਆਪ ਹੀ ਉਹਦਾ ਫੈਸਲਾ ਕਰ ਸਕਦੇ ਹੋ। ਦੇਖੋ ਜੀ, 27 ਨਵੰਬਰ ਯਾਨੀ ਕਿ 19 ਦਿਨ ਪਹਿਲਾਂ ਮੈਂ ਔਨਲਾਈਨ ਅਪਲਾਈ ਕੀਤਾ। HDFC ਵਾਲਾ ਜਿਹੜਾ ਫਾਸਟ ਟੈਗ ਹੈ ਮੈਂ ਅਪਲਾਈ ਕਰ ਦਿੱਤਾ ਸਵੇਰੇ। ਅਤੇ ਉਹ ਕੀ ਹੈ ਕਿ ਜਿਸ ਤਰ੍ਹਾਂ ਫਲਿੱਪਕਾਰਟ ਐਮਾਜ਼ਨ 'ਚ ਫਿਰ ਉਹ ਦੱਸਦੇ ਹੈ ਨਾ ਵੀ ਕੀ ਤੁਹਾਡੀ ਪੋਜੀਸ਼ਨ ਹੈ, ਸਟੇਟਸ ਕੀ ਹੈ, ਵੀ ਪੈਸਾ ਆ ਗਿਆ ਜੋ ਵੀ ਹੈ, ਅਤੇ ਡਿਲੀਵਰੀ ਹੈ, ਇਸ ਤਰੀਕ ਤੱਕ ਹੋਏਗੀ, ਇੱਦਾਂ ਕੋਈ ਸਿਸਟਮ ਹੈ ਨਹੀਂ। ਅਤੇ ਕੋਈ ਇਹੋ ਜਿਹੀ ਈਮੇਲ ਵੀ ਮੈਨੂੰ ਨਹੀਂ ਲੱਭੀ ਜਿੱਥੇ ਆਪਾਂ ਪੁੱਛ ਸਕੀਏ ਵੀ ਕੀ ਪੋਜੀਸ਼ਨ ਹੈਗੀ ਹੈ, ਕਦੋਂ ਤੱਕ ਆਏਗਾ, ਇਸ ਤਰ੍ਹਾਂ ਦਾ ਕੁਛ ਨਹੀਂ ਹੈ। ਇੱਕ ਨੰਬਰ ਉਹ ਦਿੰਦੇ ਨੇ 1800 ਇੱਦਾਂ ਕਰਕੇ ਕੋਈ ਨੰਬਰ ਹੈ ਜਿਹੜਾ ਕਿ ਹਮੇਸ਼ਾ ਬਿਜ਼ੀ ਮਿਲਦਾ ਹੈ। ਅਤੇ ਹੁਣ ਮੈਂ ਜਦੋਂ ਅਪਲਾਈ ਕੀਤਾ ਅਤੇ ਉਸ ਤੋਂ ਬਾਅਦ ਕੁਛ ਆਇਆ ਨਹੀਂ, ਮੈਂ ਫਿਰ ਚੁੱਪ ਕਰ ਗਿਆ ਕਿਉਂਕਿ ਮੈਂ ਕਿਹਾ ਚਲੋ ਹੁਣ ਕੁਛ ਵੇਟ ਕਰਕੇ ਦੇਖ ਲੈਂਦੇ। ਫਿਰ ਕੁਛ ਦਿਨ ਯਾਨੀ ਹਫ਼ਤੇ ਕੁ ਬਾਅਦ ਵਾਲਟ ID ਅਤੇ ਸਭ ਆ ਗਿਆ, ID ਕਸਟਮਰ ID ਵਗੈਰਾ, ਅਤੇ ਬਈ ਤੁਸੀਂ ਸਾਈਨ ਇਨ ਕਰ ਲਓ। ਅਤੇ ਉਹ ਸਾਈਨ ਇਨ ਕਰ ਲਿਆ, ਉਹ ਇੰਨੀ ਵਧੀਆ ਜੀ ਸਾਈਟ ਵੀ ਮੈਨੂੰ ਲੱਗੀ ਨਹੀਂ ਕੰਫਰਟੇਬਲ ਜੀ ਕਿ ਬਹੁਤ ਸੌਖਾ ਹੋਵੇ। ਉਹਦੇ 'ਚ ਵੀ ਕਾਫੀ ਝਮੇਲਾ ਜਿਹਾ ਹੈਗਾ ਨਾ, ਜਿਵੇਂ ਕੈਪਚਾ ਹੈਗਾ ਉਹ ਭਰਨਾ ਪੈਂਦਾ, ਕਾਫੀ ਕੁਛ ਕਰਨਾ ਪੈਂਦਾ ਅਤੇ ਤਾਂ ਉਹ ਸਾਈਟ ਖੁੱਲਦੀ ਹੈ। ਇੱਕ ਮੈਸੇਜ ਆ ਗਿਆ ਵੀ ਤੁਹਾਡੇ 300 ਰੁਪਏ ਪਾ ਦਿੱਤੇ ਨੇ। ਉਹ ਰੀਚਾਰਜ ਵਗੈਰਾ ਕਿਸ ਤਰ੍ਹਾਂ ਕਰਨਾ ਉਹ ਵੀ ਥੋੜ੍ਹਾ ਜਿਹਾ ਇੰਨਾ ਸਿੰਪਲ ਨਹੀਂ ਹੈਗਾ, ਉਹ ਜਦੋਂ ਜਿੰਨਾ ਚਿਰ ਉਹ ਕੋਲਮ ਜੇ ਦੇ ਉੱਤੇ ਪ੍ਰੈਸ ਨਹੀਂ ਨਾ ਕਰਦੇ ਉਹਨਾਂ ਚਿਰ ਉਹ ਰੀਚਾਰਜ ਵਾਲਾ ਵੀ ਪ੍ਰੋਸੀਜਰ ਸ਼ੁਰੂ ਨਹੀਂ ਹੁੰਦਾ। ਇੰਨੀ ਵਧੀਆ ਜੀ ਮੈਨੂੰ ਲੱਗੀ ਨਹੀਂ ਉਹ ਸਾਈਟ। ਚਲੋ ਜੀ, ਕਹਿੰਦੇ 300 ਰੁਪਏ ਤੁਹਾਨੂੰ ਦੇ ਦਿੱਤਾ, ਮੈਂ ਕਿਹਾ ਚਲੋ ਹੁਣ ਫਾਸਟ ਟੈਗ ਵੀ ਆ ਜਾਏਗਾ ਇੱਕ ਅੱਧੇ ਦਿਨ ਤੱਕ, ਪਰ ਉਹ ਆਇਆ ਨਹੀਂ। ਤੁਸੀਂ ਹਿਸਾਬ ਲਗਾ ਲਓ ਵੀ 27 ਨਵੰਬਰ ਨੂੰ ਅਪਲਾਈ ਕੀਤਾ ਸੀ, ਅੱਜ 15 ਦਸੰਬਰ ਹੋ ਗਏ, ਹਲੇ ਤੱਕ ਤਾਂ ਆਇਆ ਨਹੀਂ। ਅਤੇ ਅੱਜ ਤੋਂ ਜਿਸ ਤਰ੍ਹਾਂ ਕਹਿ ਰਹੇ ਕਿ ਉਹ ਡਬਲ ਲੈਣਗੇ ਪੈਸੇ, ਹੈ ਨਾ। ਅਤੇ ਹੁਣ ਵਿਚਾਰ ਵਾਲੀ ਗੱਲ ਹੈ ਕਿ ਬਈ ਜੇ ਬੰਦੇ ਨੇ ਇੰਨੇ ਝੰਝਟ 'ਚ ਹੀ ਪੈਣਾ, ਉਹ ਪਹਿਲਾਂ ਵਾਲਟ ਰੀਚਾਰਜ ਕਰਾਇਆ ਕਰੂਗਾ, ਹੈ ਨਾ, ਫਿਰ ਉਹ ਕਹਿੰਦੇ ਕਿ ਜੇ ਉਹ ਸਹੀ ਤਰੀਕੇ ਨਾਲ ਨਾ ਫਿੱਟ ਹੋਵੇ ਤਾਂ ਉਹ ਖਰਾਬ ਵੀ ਹੋ ਜਾਂਦਾ, ਅਤੇ ਉਹਨੂੰ ਥੋੜ੍ਹਾ ਸੰਭਾਲ ਕੇ ਵੀ ਲਗਾਉਣਾ ਪਊਗਾ। ਅਤੇ ਫਿਰ ਇਹ ਵੀ ਖਬਰਾਂ ਤੁਸੀਂ ਯੂਟਿਊਬ 'ਤੇ ਦੇਖੀਆਂ ਹੋਣੀਆਂ ਵੀ ਕਈ ਵਾਰ ਪੈਸਾ ਵੀ ਡਬਲ ਕੱਟਿਆ ਜਾਂਦਾ, ਅਤੇ ਉਹ ਫਿਰ ਉਹਨਾਂ ਨੂੰ ਪਤਾ ਨਹੀਂ ਲਿਖਣਾ ਕਰਨਾ ਪੈਂਦਾ, ਪਤਾ ਨਹੀਂ ਮਹੀਨੇ ਬਾਅਦ ਉਹ ਵਾਪਿਸ ਆਉਂਦਾ, ਅਤੇ ਇੰਨੀ ਟੈਨਸ਼ਨ ਲੈਣਾ ਕੀ ਵਾਜਬ ਕੀ ਇਹ, ਮਤਲਬ ਚਾਹੀਦਾ ਆਪਾਂ ਨੂੰ ਵੀ ਇੰਨੀ ਟੈਨਸ਼ਨ ਲਈ ਜਾਵੇ ਉਹ, ਹੈ ਨਾ, ਝੰਝਟਾਂ ਦੇ ਵਿੱਚ ਪਿਆ ਜਾਵੇ ਬੰਦਾ। ਨੈਸ਼ਨਲ ਹਾਈਵੇ 'ਤੇ ਜੇ ਕਦੇ ਜਾਣਾ ਪੈ ਜਾਂਦਾ ਤਾਂ ਮੈਂ ਤਾਂ ਕਹਿੰਦਾ ਜੇ ਡਬਲ ਪੈਸਾ ਹੀ ਦਿੱਤਾ ਜਾਵੇ ਉਹ ਜ਼ਿਆਦਾ ਬੈਟਰ ਹੈ, ਘੱਟੋ ਘੱਟ ਕੋਈ ਝਮੇਲਾ ਤਾਂ ਹੈ ਨਹੀਂ, ਐਂ ਤਾਂ ਨਹੀਂ ਕੋਈ ਡਬਲ ਵਾਰੀ ਪੈਸੇ ਕੱਟ ਲੂਗਾ ਜਾਂ ਇੱਧਰੋਂ ਉੱਧਰੋਂ। ਅੱਛਾ ਹੁਣ ਇੱਕ ਗੱਲ ਹੋਰ ਹੈ ਨਾ, 500 ਰੁਪਏ ਮੰਨ ਲਓ ਕਿਸੇ ਦੇ ਲੈ ਹੀ ਲੈ ਜਾਣ, ਉਹ ਕੀ ਕਰ ਲਏਗਾ, ਉਹ ਕੋਰਟ ਕਚਹਿਰੀਆਂ ਦਾ ਹੁਣ 500 ਦੇ ਪਿੱਛੇ ਕਰੂਗਾ ਨਹੀਂ, ਹੁਣ ਉਹ ਕਿੱਥੇ ਬੈਂਕਾਂ ਦੇ ਵਿੱਚ ਵੀ ਧੱਕੇ ਖਾਊਗਾ ਜਾ ਕੇ ਪੁੱਛਣ ਬੈਠੂਗਾ, ਕਿਉਂਕਿ ਉਹ ਪੈਟਰੋਲ ਲਾਊਗਾ, ਬੈਂਕ 'ਚ ਜਾਊਗਾ, ਆਪਦਾ ਟਾਈਮ ਖਰਾਬ ਕਰੂਗਾ, ਹੈ ਨਾ। ਅਤੇ ਇਹ ਹੁਣ ਤੁਸੀਂ ਵਿਚਾਰ ਕਰਿਓ। ਅੱਛਾ ਇੱਕ ਵੈਸੇ ਸੁਣਨ ਵਿੱਚ ਗੱਲ ਇਹ ਕਿ ਕਿਸੇ ਕਿਸੇ ਜਗ੍ਹਾ 'ਤੇ ਹੱਥੋਂ ਹੱਥੀ ਦੇ ਰਹੇ ਆ ਫਾਸਟ ਟੈਗ, ਚਲੋ ਉਹ ਮੇਰੇ ਖਿਆਲ 'ਚ ਠੀਕ ਹੋ ਸਕਦਾ। ਅੱਛਾ ਜਿਨ੍ਹਾਂ ਨੇ ਰੋਜ਼ ਆਉਣਾ ਜਾਣਾ ਨਾ, ਜਿਵੇਂ ਡਰਾਈਵਰ ਹੈਗੇ ਆ, ਉਹਨਾਂ ਨੇ ਤਾਂ ਵਿਚਾਰਿਆਂ ਨੇ ਲੈਣਾ ਹੀ ਲੈਣਾ। ਅਤੇ ਜਿਹੜੇ ਆਪਾਂ ਕਦੇ ਕਦੇ ਜਿਨ੍ਹਾਂ ਨੇ ਜਾਣਾ, ਪਤਾ ਨਹੀਂ ਕਿਹੜੇ ਵੇਲੇ ਜਾਣਾ, ਕਦੇ ਕਿ ਜਾਣਾ, ਅਤੇ ਮੈਂ ਤਾਂ ਕਹਿੰਦਾ ਕਿ ਟੈਨਸ਼ਨ ਤੋਂ ਜੇ ਬਚਿਆ ਹੀ ਜਾਵੇ ਤਾਂ ਚੰਗਾ, ਇੱਕ ਵਾਰੀ ਜੇ ਸਰਕਾਰ ਡਬਲ ਲੈ ਲਏ ਤਾਂ। ਅੱਛਾ ਫਿਰ ਇੱਕ ਗੱਲ ਸੁਣ ਚਾਹੀ ਕਿ ਕੁਛ ਦੇਰ ਬਾਅਦ ਕੈਸ਼ ਵੀ ਬੰਦ ਹੋ ਜਾਣਾ, ਉਦੋਂ ਤਾਂ ਚਲੋ ਜੋ ਹੋਊਗਾ ਹੋਊਗਾ, ਕਿਉਂਕਿ ਵਜ੍ਹਾ ਇਹ ਹੈ ਨਾ ਕਿ ਕੋਈ ਈਮੇਲ ਵਗੈਰਾ ਹੋਵੇ ਨਾ ਜਿੱਥੇ ਇਨਸਾਨ ਪੁੱਛ ਲਵੇ, ਜਾਂ ਕੋਈ ਫੋਨ ਨੰਬਰ ਹੋਵੇ ਜਿੱਥੇ ਉਹ ਚੱਕਦੇ ਹੋਣ, ਹੈ ਨਾ, ਇਹ ਸਾਰੀਆਂ ਗੱਲਾਂ। ਦੱਸੋ ਤੁਸੀਂ ਇਸ ਵੀਡੀਓ ਨਾਲ ਅੰਦਾਜ਼ਾ ਲਗਾ ਲਓ ਵੀ ਤੁਸੀਂ ਆਪ ਹੀ ਸੋਚ ਲਓ ਵੀ ਤੁਹਾਨੂੰ ਔਨਲਾਈਨ ਅਪਲਾਈ ਕਰਨ 'ਚ ਫਾਇਦਾ ਹੈ ਜਾਂ ਡਬਲ ਪੈਸੇ ਦੇਣ 'ਚ ਫਾਇਦਾ ਹੈ, ਜਾਂ ਉਸ ਜਗ੍ਹਾ 'ਚ ਜਾ ਕੇ ਲਓ ਜਿੱਥੋਂ ਕਿ ਤੁਹਾਨੂੰ ਹੱਥੋਂ ਹੱਥ ਮਿਲ ਜਾਏ, ਇਹ ਵਿਚਾਰ ਤੁਸੀਂ ਆਪ ਕਰ ਲਿਓ। ਸੋ ਮੈਂ ਆਪਣਾ ਤਜ਼ਰਬਾ ਤੁਹਾਡੇ ਨਾਲ ਸਾਂਝਾ ਕੀਤਾ, ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ। ਜੇ ਪਸੰਦ ਆਈ ਹੈ ਤਾਂ ਲਾਈਕ ਬਟਨ ਵੀ ਜ਼ਰੂਰ ਦਬਾਇਓ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।